1984 ਚ ਕੋਈ ਮਰਿਆ ਤੁਹਾਡਾ? ਕੋਈ 1984 ਚ ਕੋਈ ਮਰਿਆ? ਤੁਹਾਡੀ ਕੋਈ ਧੀ ਭੈਣ ਦਾ ਦੇਖ ਹੋਇਆ? ਤੁਹਾਡਾ ਕੋਈ ਭਰਾ ਮਾਰਿਆ? ਕਿਹੜਾ ਮਰਿਆ? ਦੇਖੋ ਪਰਿਵਾਰ ਚੋਂ ਇੰਡੀਆ ਨੂੰ ਆਜ਼ਾਦ ਕਰਾਉਣ ਦੀ ਕੁਰਬਾਨੀ ਦਿੱਤੀ। ਜੇ ਇਸ ਝੰਡੇ ਨੂੰ ਕੰਡੈਮ ਕਰਨਾ ਨਾ, ਗੋ ਬੈਕ ਓਵਰ ਦੇ ਵਾਇਸ ਇਜ਼ ਨਾਟ ਦੀ ਪਲੇਸ। ਇਹਨਾਂ ਨੇ ਸਾਡੇ ਇਨਵੀਟੇਸ਼ਨ ਅਮਰੀਕਾ ਸੀ ਮੇਰੀ ਵਾਰੀ ਇੱਕ ਹੌਲੀ ਹੌਲੀ ਗੱਲ ਕਰਦੇ ਆ ਆਪਣੇ ਤੋਂ ਹੌਲੀ ਹੌਲੀ ਪਿਆਰ ਪਿਆਰ ਨਾਲ ਗੱਲ। ਅੱਛਾ, ਇਹ ਇੱਥੇ ਅਸੀਂ ਪਤਾ ਕਿਉਂ ਆ? ਕਿਉਂਕਿ ਵਰਲਡ ਵਾਰ ਵਾਰ ਦੇ ਵਨ ਦੇ ਵਿੱਚ ਤੇ ਟੂ ਦੇ ਵਿੱਚ ਹਿਟਲਰ ਨੇ ਜਦੋਂ ਇਹਨਾਂ ਨੂੰ ਮਾਰਿਆ, ਇਹਨਾਂ ਨੇ ਸਾਨੂੰ ਇਨਵੀਟੇਸ਼ਨ ਦੇ ਕੇ ਸੱਦਿਆ, ਤੁਹਾਨੂੰ ਇਨਵੀਟੇਸ਼ਨ ਦੇ ਕੇ ਸੱਦਿਆ, ਸਾਡੀ ਫੈਮਿਲੀ ਨੂੰ ਸੱਦਿਆ। ਅਸੀਂ ਕਿਉਂ ਵਾਪਸ ਆ ਜੀ? ਅਸੀਂ ਤਾਂ ਕੰਟਰੀ ਆਜ਼ਾਦ ਕਰਵਾਈ ਹੈ ਹਿਟਲਰ ਤੋਂ, ਇੰਡੀਆ ਵੀ ਤੁਹਾਡੀ ਕੰਟਰੀ ਵੀ ਅਸੀਂ ਆਜ਼ਾਦ ਕਰਵਾਈ ਹੈ। ਇਹ ਤੁਹਾਡਾ ਮੁਲਕ ਹੈ, ਮੇਰਾ ਵੀ ਇਹ ਮੁਲਕ ਹੈ, ਦਿਸ ਇਜ਼ ਮਾਈ ਅਡੋਪਟਿਡ ਕੰਟਰੀ, ਪਰਹੈਪਸ ਯੂ ਵਰ ਬੋਰਨ ਹੇਅਰ। ਵਾਪਸ ਕਿਉਂ ਜਾਈਏ? ਤੁਸੀਂ ਦੱਸੋ, ਅਸੀਂ ਤੁਸੀਂ ਵਾਪਸ ਜਾਓ, ਤੁਸੀਂ ਝੰਡਾ ਫੜਿਆ, ਅਸੀਂ ਤਾਂ ਕੋਈ ਝੰਡਾ ਨਹੀਂ। ਮੈਂ ਤਾਂ ਜਾਣਾ, ਹਰ ਸਾਲ ਜਾਣਾ। ਜਾਓ ਇੱਥੇ, ਹਰ ਸਾਲ ਜਾਣਾ ਇੱਥੇ। ਇੱਥੇ ਮੈਂ ਕਰਦਾ, ਜਿਹੜੇ ਗਲਤ ਆਦਮੀ ਖੜੇ ਨੇ ਉਹਨਾਂ ਨੂੰ ਵਾਰਨ ਕਰ ਲੈ ਕੇ ਯੂ ਆਰ ਰੋਂਗ। ਅੱਛਾ, ਉਹ ਜਿਹੜੇ ਅੰਦਰ ਬੈਠੇ ਆ ਤੁਹਾਡੇ, ਜਿਹਨਾਂ ਨੇ ਧੀਆਂ ਭੈਣਾਂ ਦੀ ਰੇਪ ਕੀਤੀ, ਜਿਹਨਾਂ ਨੂੰ ਜਸਟਿਸ, ਉਹਨਾਂ ਕੋਲ ਨਹੀਂ ਜਾਣਾ ਹੁੰਦਾ ਤੁਹਾਡੇ ਕੋਲ? ਗੱਲ ਸੁਣੋ, ਉੱਥੇ ਜਾਂਦੇ ਫਿਰਦੇ? ਗੱਲ ਸੁਣੋ, ਉਹਨਾਂ ਨੇ ਇੰਡੀਆ ਨਹੀਂ ਬਣਨ ਦੇਣਾ। ਡੁੱਬ ਕੇ ਮਰ ਜਾਓ, ਤੁਹਾਨੂੰ ਉਹਨਾਂ ਨੇ ਅੰਦਰ ਹੀ ਨਹੀਂ ਬਣਨ ਦੇਣਾ। ਗੱਲ ਸੁਣੋ, ਆਈ ਆਲਵੇਜ਼ ਡੂ ਦੈਟ।